ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਲੁਧਿਆਣੇ ਦੇ ਵਿੱਚ ਅੱਜ ਮੀਂਹ ਪਿਆ, ਸਾਰੀ ਜਗ੍ਹਾ ਮੀਂਹ ਪੈ ਗਿਆ ਜੀ, ਪਰ ਲੁਧਿਆਣੇ ਦੇ ਵਿੱਚ ਮੀਂਹ ਨਹੀਂ ਪਿਆ ਅਤੇ ਗਰਮੀ ਕਰਕੇ ਪੋਲਿਊਸ਼ਨ ਬਹੁਤ ਸੀਗਾ। ਚਲੋ ਅੱਜ ਬਹੁਤ ਦੇਰ ਬਾਅਦ ਮੀਂਹ ਪਿਆ ਵਾ, ਥੋੜ੍ਹੀ ਰਾਹਤ ਮਿਲੂਗੀ, ਠੀਕ ਹੈ ਜੀ, ਮੌਸਮ ਵੀ ਸਾਫ਼ ਹੋਊਗਾ, ਪੋਲਿਊਸ਼ਨ ਨੂੰ ਵੀ ਰਾਹਤ ਮਿਲੂਗੀ ਅਤੇ ਤੁਹਾਨੂੰ ਵੀ ਲੱਗਦਾ ਲੁਧਿਆਣੇ ਦੇ ਵਿੱਚ ਮੀਂਹ ਪਿਆ ਇਹਦੇ ਨਾਲ ਗਰਮੀ ਦੀ ਰਾਹਤ ਮਿਲੂਗੀ, ਤਾਂ ਕਮੈਂਟਾਂ ਦੇ ਵਿੱਚ ਰਾਹਤ ਮਿਲੂਗੀ ਜਾਂ ਨਹੀਂ। ਤੁਹਾਨੂੰ ਕੀ ਲੱਗਦਾ ਕਿੰਨੇ ਘੰਟੇ ਮੀਂਹ ਪਊਗਾ, 2 ਘੰਟੇ ਪਊਗਾ, 3 ਘੰਟੇ ਪਊਗਾ, 4 ਘੰਟੇ ਪਊਗਾ? ਪਰ ਜੇ 2 ਘੰਟੇ ਮੀਂਹ ਪੈ ਜਾਵੇ ਨਾ ਤਾਂ ਇੱਥੇ ਮੋਟਰਾਂ ਚਲਾਉਣ ਦੀ ਲੋੜ ਨਹੀਂ ਹੋਏਗੀ, ਮੋਟਰ ਝੋਨਾ ਲੱਗ ਜੂ, ਪਰ ਮੀਂਹ ਇੰਨਾ ਵੀ ਨਾ, ਇੰਨਾ ਵੀ ਨਾ ਪਵੇ, ਕੰਮ ਖਰਾਬ ਹੀ ਹੋ ਜਾਵੇ, ਡਿਊਟੀ ਜਾਣਾ ਵੀ ਔਖਾ ਹੋ ਜਾਵੇ, ਕਿਉਂਕਿ ਡਿਊਟੀ ਜਾਵਾਂਗੇ ਤਾਂ ਹੀ ਘਰ ਦੇ ਖਰਚੇ ਚੱਲਾਂਗੇ। ਠੀਕ ਹੈ ਜੀ, ਪੂਰਾ ਤੁਹਾਨੂੰ ਮੀਂਹ ਦੇ ਵਿੱਚ ਲਾਈਵ ਮੈਂ ਦਿਖਾ ਰਿਹਾ। ਠੀਕ ਹੈ, ਆਪਾਂ ਫੋਨ 'ਤੇ ਜੰਗੀ ਪ੍ਰਵਾਹ ਨਹੀਂ ਕਰਨੀ, ਤੁਹਾਨੂੰ ਲਾਈਵ ਵੀਡੀਓ ਆਪਾਂ ਦਿਖਾਵਾਂਗੇ। ਚਲੋ ਆ ਜਾਓ, ਤੁਹਾਨੂੰ ਪਿੱਛੇ ਲੈ ਕੇ ਚੱਲਦੇ ਹਾਂ, ਤੁਹਾਨੂੰ ਪਿੱਛੇ ਦਾ ਨਜ਼ਾਰਾ ਦੇਖਿਆ ਦਿਖਾ ਕੇ ਲਿਆਉਣਾ। ਠੀਕ ਹੈ ਜੀ, ਆ ਜਾਓ ਆ ਜਾਓ ਆ ਜਾਓ, ਆ ਦੇਖੋ ਪੂਰਾ ਗਾਰਾ ਹੋਇਆ ਪਿਆ, ਪਿੱਛੇ ਦਾ ਲਾਈਵ ਦਿਖਾਉਂਦੇ ਹਾਂ। ਉਹ ਦੇਖੋ ਖੇਤ ਪੂਰਾ ਪਾਣੀ ਨਾਲ ਭਰ ਚੁੱਕਿਆ ਵਾ, ਪੋਲਿਊਸ਼ਨ ਵੀ ਦਿਖਾ ਦਿੰਦਾ ਤੁਹਾਨੂੰ, ਦੁੱਧ ਪੋਲਿਊਸ਼ਨ ਦਿਖਾ ਰਹੇ ਹਾਂ। ਠੀਕ ਹੈ ਜੀ, ਪੂਰਾ ਖੇਤ ਪਾਣੀ ਨਾਲ ਭਰ ਚੁੱਕਿਆ, ਪੂਰਾ ਮੀਂਹ ਤੇਜ਼ੀ 'ਤੇ ਆ। ਠੀਕ ਹੈ ਜੀ, ਮੈਂ ਮੇਰੀ ਇੱਥੇ ਪਹਿਲਾਂ ਰੋਣੀ ਕਰਵਾਈ ਸੀਗੀ, ਪਾਣੀ ਨਾਲ ਪੂਰਾ ਭਰ ਗਿਆ ਵਾ, ਪੂਰੀ ਤੇਜ਼ੀ ਨਾਲ ਮੀਂਹ ਪੈਂਦਾ ਪਿਆ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਜੇ ਅੱਜ ਲੁਧਿਆਣਾ ਸ਼ਹਿਰ ਦੀ ਮੈਂ ਵੀਡੀਓ ਪਾਈ ਹੋਈ ਆ, ਲੁਧਿਆਣਾ ਦੇ ਵਿੱਚ ਪੂਰੀ ਤੇਜ਼ੀ ਨਾਲ ਮੀਂਹ ਪੈ ਰਿਹਾ, ਅੱਜ 2 ਦਿਨ ਦੀ ਲਾਈਵ ਵੀਡੀਓ ਆ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ ਕਿੱਦਾਂ ਪੂਰੀ ਤੇਜ਼ੀ ਨਾਲ ਮੀਂਹ ਪੈਂਦਾ ਪਿਆ। ਠੀਕ ਹੈ,